ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ AJ ਮਾਲਵਾ ਐਜੂਕੇਸ਼ਨ 'ਤੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਪਿਛਲੀ ਵੀਡੀਓ ਵਿੱਚ 1 ਤੋਂ ਲੈ ਕੇ 75 ਤੱਕ ਪ੍ਰਸ਼ਨ ਕਰਵਾ ਚੁੱਕੇ ਹਾਂ ਜੀ, ਅਤੇ ਅੱਜ ਦੀ ਵੀਡੀਓ ਵਿੱਚ ਆਪਾਂ 76 ਤੋਂ ਲੈ ਕੇ 100 ਤੱਕ ਪ੍ਰਸ਼ਨ ਕਰਵਾਵਾਂਗੇ, ਅਤੇ ਅੱਜ ਦੀ ਵੀਡੀਓ ਦੇ ਨਾਲ ਆਪਣਾ ਸੱਭਿਆਚਾਰ ਵਾਲਾ ਟੌਪਿਕ ਪੂਰਾ ਹੋ ਜਾਵੇਗਾ। ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਕਲਾਸ। ਕਲਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਅਤੇ ਵੱਧ ਤੋਂ ਸ਼ੇਅਰ ਜ਼ਰੂਰ ਕਰ ਦਿਓ ਜੀ। ਕਰਦੇ ਹਾਂ ਪ੍ਰਸ਼ਨ ਨੰਬਰ 76। ਸਾਲੂ ਦਾ ਸੰਬੰਧ ਕਿਸ ਨਾਲ ਹੈ? ਆਪਸ਼ਨ ਏ ਲੋਕ ਖੇਡਾਂ, ਆਪਸ਼ਨ ਬੀ ਲੋਕ ਧੰਦੇ, ਆਪਸ਼ਨ ਸੀ ਲੋਕ ਕਲਾਵਾਂ, ਆਪਸ਼ਨ ਡੀ ਲੋਕ ਪਹਿਰਾਵਾ। ਤਾਂ ਆਪਣੇ ਕੋਲ ਸਹੀ ਆਂਸਰ ਹੈ ਜੀ ਆਪਸ਼ਨ ਡੀ, ਲੋਕ ਪਹਿਰਾਵਾ। ਸਾਲੂ ਔਰਤਾਂ ਦਾ ਪਹਿਰਾਵਾ ਹੈ ਜੋ ਕਿ ਵਿਆਹ ਵੇਲੇ ਇਸ ਨੂੰ ਵਿਆਹ ਵਾਲੀ ਕੁੜੀ ਦੇ ਸਿਰ 'ਤੇ ਦਿੱਤਾ ਜਾਂਦਾ ਹੈ। ਕਰਦੇ ਹਾਂ ਆਪਾਂ ਅਗਲਾ ਪ੍ਰਸ਼ਨ। ਪ੍ਰਸ਼ਨ ਨੰਬਰ 77। ਛੱਡੀਆਂ ਦੀ ਰਸਮ ਕਦੋਂ ਹੁੰਦੀ ਹੈ? ਆਪਸ਼ਨ ਏ ਵਿਆਹ ਤੋਂ ਪਹਿਲਾਂ, ਆਪਸ਼ਨ ਬੀ ਮੰਗਣੀ ਵੇਲੇ, ਆਪਸ਼ਨ ਸੀ ਮੁਕਲਾਵੇ ਵੇਲੇ, ਆਪਸ਼ਨ ਡੀ ਵਿਆਹ ਤੋਂ ਬਾਅਦ। ਤਾਂ ਆਪਣੇ ਕੋਲ ਸਹੀ ਆਂਸਰ ਹੈ ਜੀ ਇਹਦਾ ਆਪਸ਼ਨ ਡੀ, ਵਿਆਹ ਤੋਂ ਬਾਅਦ। ਕਰਦੇ ਹਾਂ ਆਪਾਂ ਅਗਲਾ ਪ੍ਰਸ਼ਨ। ਪ੍ਰਸ਼ਨ ਨੰਬਰ 78। ਗੋਈ ਹੈ, ਆਪਸ਼ਨ ਏ ਖੇਡ, ਆਪਸ਼ਨ ਬੀ ਪਕਵਾਨ, ਆਪਸ਼ਨ ਸੀ ਕਲਾ, ਆਪਸ਼ਨ ਡੀ ਰੀਤ। ਤਾਂ ਆਪਣੇ ਕੋਲ ਸਹੀ ਆਂਸਰ ਹੈ ਜੀ ਆਪਸ਼ਨ ਬੀ ਪਕਵਾਨ, ਗੋਈ ਪਕਵਾਨ ਹੈ। ਪ੍ਰਸ਼ਨ ਨੰਬਰ 79। ਮੁਹਾਵਰੇ ਅਤੇ ਅਖਾਣ ਵਿੱਚ ਸਾਂਝ ਦਾ ਆਧਾਰ ਹੈ? ਆਪਸ਼ਨ ਏ ਵਿਸ਼ਵੀ ਹਕੀਕਤ, ਆਪਸ਼ਨ ਬੀ ਜੀਵਨ ਮੁਖੀ ਨਿਚੋੜ, ਆਪਸ਼ਨ ਸੀ ਸਮਝ ਅਤੇ ਜਨ ਵਿਵੇਕ, ਆਪਸ਼ਨ ਡੀ ਸਰਲ ਭਾਸ਼ਾਈ ਪ੍ਰਗਟਾ। ਤਾਂ ਆਪਣੇ ਕੋਲ ਸਹੀ ਆਂਸਰ ਹੈ ਜੀ ਆਪਸ਼ਨ ਸੀ ਸਮਝ ਅਤੇ ਜਨ ਵਿਵੇਕ। ਪ੍ਰਸ਼ਨ ਨੰਬਰ 80। ਫੁਲਕਾਰੀ ਦੀਆਂ ਬੰਨੀਆਂ ਦਾ ਸਹੀ ਵਰਗ ਹੈ? ਆਪਸ਼ਨ ਏ ਬਾਗ, ਨੀਲਕ, ਫਿਰਨ, ਆਪਸ਼ਨ ਬੀ ਤਲਪੱਤਰਾ, ਵਾਗ ਅਤੇ ਸੁਬਰ, ਆਪਸ਼ਨ ਸੀ ਨੀਲਕ, ਸ਼ਮਾਸ, ਕਸੀਦਾ, ਆਪਸ਼ਨ ਡੀ ਸਾਰੇ ਗਲਤ ਹਨ। ਤਾਂ ਆਪਣੇ ਕੋਲ ਸਹੀ ਆਂਸਰ ਹੈ ਜੀ ਆਪਸ਼ਨ ਬੀ ਤਿਲਪੱਤਰਾ, ਵਾਗ, ਸੁਬਰ। ਤਿਲਪੱਤਰੇ ਬਾਰੇ ਆਪਾਂ ਤੁਹਾਨੂੰ ਦੱਸ ਦਈਏ ਜੀ, ਇਹ ਸਧਾਰਨ ਕਿਸਮ ਦੀ ਫੁਲਕਾਰੀ ਹੁੰਦੀ ਹੈ। ਇਸ 'ਤੇ ਕਢਾਈ ਸਧਾਰਨ ਅਤੇ ਬਿਰਲੇ ਨਮੂਨਿਆਂ ਵਾਲੀ ਹੁੰਦੀ ਹੈ। ਬਾਗ ਇਸ ਫੁਲਕਾਰੀ 'ਤੇ ਕਢਾਈ ਲਈ ਗੂੜੇ ਰੰਗ ਦਾ ਰੇਸ਼ਮੀ ਧਾਗਾ ਵਰਤਿਆ ਜਾਂਦਾ ਹੈ। ਸੁਬਰ ਫੁਲਕਾਰੀ ਵਿਆਹ ਦੀ ਫੁਲਕਾਰੀ ਹੁੰਦੀ ਹੈ। ਇਸ ਫੁਲਕਾਰੀ ਨੂੰ ਨਾਨਕੇ ਨਾਨਕ ਸ਼ੱਕ ਦੇ ਰੂਪ ਵਿੱਚ ਲੈ ਕੇ ਆਉਂਦੇ ਹਨ। ਹੁਣ ਆਪਾਂ ਕਰਦੇ ਹਾਂ ਅਗਲਾ ਪ੍ਰਸ਼ਨ। ਪ੍ਰਸ਼ਨ ਨੰਬਰ 81। ਲੋਕ ਗੀਤ ਨੂੰ ਨਿਮਨ ਸਾਹਿਤ ਕਹਿੰਦੇ ਹਨ? ਆਪਸ਼ਨ ਏ ਅਤਰ ਸਿੰਘ, ਆਪਸ਼ਨ ਬੀ ਸੰਤ ਸਿੰਘ ਸੇਖੋਂ, ਆਪਸ਼ਨ ਸੀ ਕਿਸ਼ਨ ਸਿੰਘ, ਆਪਸ਼ਨ ਡੀ ਕਿਰਪਾਲ ਸਿੰਘ ਕਜਾਕ। ਤਾਂ ਆਪਣੇ ਕੋਲ ਸਹੀ ਆਂਸਰ ਹੈ ਆਪਸ਼ਨ ਬੀ ਸੰਤ ਸਿੰਘ ਸੇਖੋਂ, ਜੋ ਲੋਕ ਗੀਤ ਨੂੰ ਨਿਮਨ ਸਾਹਿਤ ਕਹਿੰਦੇ ਹਨ। ਪ੍ਰਸ਼ਨ ਨੰਬਰ 82। ਲੋਕ ਸਾਜ਼ ਕਾਟੋ ਦਾ ਸੰਬੰਧ ਹੈ? ਆਪਸ਼ਨ ਏ ਧਮਾਲ ਨਾਲ, ਆਪਸ਼ਨ ਬੀ ਝੂਮਰ ਨਾਲ, ਆਪਸ਼ਨ ਸੀ ਸੰਮੀ ਨਾਲ, ਆਪਸ਼ਨ ਡੀ ਭੰਗੜੇ ਨਾਲ। ਤਾਂ ਆਪਣੇ ਕੋਲ ਸਹੀ ਆਂਸਰ ਹੈ ਆਪਸ਼ਨ ਡੀ ਭੰਗੜੇ ਨਾਲ। ਲੋਕ ਸਾਜ਼ ਕਾਟੋ ਦਾ ਸੰਬੰਧ ਭੰਗੜੇ ਨਾਲ ਹੈ। ਸਾਜ਼ਾਂ ਦੇ ਨਾਲ ਸੰਬੰਧਿਤ ਆਪਾਂ ਇੱਕ ਫੁੱਲ ਵੀਡੀਓ ਵੀ ਬਣਾ ਦੇਵਾਂਗੇ, ਜਿਸ ਦੇ ਵਿੱਚ ਆਪਾਂ ਸਾਜ਼ਾਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ। ਹੁਣ ਆਪਾਂ ਕਰਦੇ ਹਾਂ ਅਗਲਾ ਪ੍ਰਸ਼ਨ। ਪ੍ਰਸ਼ਨ ਨੰਬਰ 83। ਹੇਠ ਲਿਖੇ ਵਿੱਚੋਂ ਫੁਲਕਾਰੀ ਦੀ ਕਿਸਮ ਹੈ? ਆਪਸ਼ਨ ਏ ਫਿਰਨ, ਆਪਸ਼ਨ ਬੀ ਕੋਮਲ, ਆਪਸ਼ਨ ਸੀ ਨੀਲਕ, ਆਪਸ਼ਨ ਡੀ ਰੰਗੋਲੀ। ਤਾਂ ਆਪਣੇ ਕੋਲ ਸਹੀ ਆਂਸਰ ਹੈ ਜੀ ਆਪਸ਼ਨ ਸੀ ਨੀਲਕ। ਆਪਾਂ ਨੀਲਕ ਦੀ ਗੱਲ ਕਰੀਏ ਤਾਂ ਇਹ ਨੀਲੇ ਰੰਗ ਦੇ ਖੱਦਰ ਅਤੇ ਪੀਲੇ ਜਾਂ ਲਾਲ ਰੰਗ ਦੇ ਧਾਗੇ ਨਾਲ ਕਢਾਈ ਕੀਤੀ ਹੁੰਦੀ ਹੈ।
ਨੀਲੇ ਰੰਗ ਦੀ ਭਾਗ ਮਾਰਨ ਕਰਕੇ ਹੀ ਇਸ ਨੂੰ ਨੀਲਕ ਕਿਹਾ ਜਾਂਦਾ ਹੈ। ਹੁਣ ਆਪਾਂ ਕਰਦੇ ਹਾਂ ਅਗਲਾ ਪ੍ਰਸ਼ਨ। ਪ੍ਰਸ਼ਨ ਨੰਬਰ 84, ਭੁੱਖੇ ਦੀ ਧੀ ਰੱਜੀ ਖੇਹ ਉਡਾਉਣ ਲੱਗੀ ਕੀ ਹੈ? ਆਪਸ਼ਨ ਏ ਮੁਹਾਵਰਾ, ਆਪਸ਼ਨ ਬੀ ਅਖਾਣ, ਆਪਸ਼ਨ ਸੀ ਬਿੰਬ, ਆਪਸ਼ਨ ਡੀ ਪ੍ਰਤੀਕ। ਤਾਂ ਸਹੀ ਆਂਸਰ ਹੈ ਜੀ ਆਪਣੇ ਕੋਲ ਆਪਸ਼ਨ ਬੀ ਅਖਾਣ। ਭੁੱਖੇ ਦੀ ਧੀ ਰੱਜੀ ਖੇਹ ਉਡਾਉਣ ਲੱਗੀ ਇਹ ਅਖਾਣ ਹੈ। ਪ੍ਰਸ਼ਨ ਨੰਬਰ 85, ਚੜ੍ਹ ਮੱਚਣੀ ਮੁਹਾਵਰੇ ਦਾ ਅਰਥ ਹੈ? ਆਪਸ਼ਨ ਏ ਗੁੱਸਾ ਚੜ੍ਹਨਾ, ਆਪਸ਼ਨ ਬੀ ਬਦਨਾਮੀ ਹੋਣਾ, ਆਪਸ਼ਨ ਸੀ ਹਰ ਜਾਇਜ਼ ਨਜਾਇਜ਼ ਪੁੱਗ ਜਾਣੀ, ਆਪਸ਼ਨ ਡੀ ਬੇਪਰਵਾਹ ਹੋਣਾ। ਤਾਂ ਸਹੀ ਆਂਸਰ ਹੈ ਜੀ ਆਪਣੇ ਕੋਲ ਆਪਸ਼ਨ ਸੀ ਹਰ ਜਾਇਜ਼ ਨਜਾਇਜ਼ ਪੁੱਗ ਜਾਣੀ। ਪ੍ਰਸ਼ਨ ਨੰਬਰ 86, ਦੇਈ ਬੇ ਬਾਬਲਾ ਉਸ ਘਰੇ ਕੀ ਹੈ? ਆਪਸ਼ਨ ਏ ਘੋੜੀ, ਆਪਸ਼ਨ ਬੀ ਸਿੱਠਣੀ, ਆਪਸ਼ਨ ਸੀ ਸੁਹਾਗ, ਆਪਸ਼ਨ ਡੀ ਸਿੱਖਿਆ। ਤਾਂ ਸਹੀ ਆਂਸਰ ਹੈ ਜੀ ਆਪਣੇ ਕੋਲ ਆਪਸ਼ਨ ਸੀ ਸੁਹਾਗ। ਦੇਈ ਬੇ ਬਾਬਲਾ ਉਸ ਘਰੇ ਇਹ ਸੁਹਾਗ ਹੈ। ਦੋਸਤੋ ਜੇਕਰ ਤੁਹਾਨੂੰ ਆਪਣੀ ਵੀਡੀਓ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਵੱਧ ਤੋਂ ਸ਼ੇਅਰ ਜ਼ਰੂਰ ਕਰ ਦੇਣਾ ਜੀ। ਕਰਦੇ ਹਾਂ ਜੀ ਆਪਾਂ ਪ੍ਰਸ਼ਨ ਨੰਬਰ 87, ਸਾਡੇ ਪੈਰਾਂ ਹੇਠ ਸਲਾਈਆਂ ਅਸੀਂ ਕਿਹੜੇ ਵੇਲੇ ਦੀਆਂ ਆਈਆਂ ਲੋਕ ਗੀਤ ਦਾ ਸੰਬੰਧ ਹੈ? ਆਪਸ਼ਨ ਏ ਸੰਸਕਾਰ ਨਾਲ, ਆਪਸ਼ਨ ਬੀ ਲੋਕ ਖੇਡਾਂ ਨਾਲ, ਆਪਸ਼ਨ ਸੀ ਮੌਸਮ ਨਾਲ, ਆਪਸ਼ਨ ਡੀ ਤਿਉਹਾਰ ਨਾਲ। ਤਾਂ ਸਹੀ ਆਂਸਰ ਹੈ ਜੀ ਆਪਣੇ ਕੋਲ ਆਪਸ਼ਨ ਡੀ ਤਿਉਹਾਰ ਨਾਲ। ਪ੍ਰਸ਼ਨ ਨੰਬਰ 88, ਪੱਲੇ ਨਾ ਧੇਲਾ ਕਰਦੀ ਮੇਲਾ ਮੇਲਾ ਦਾ ਭਾਵ ਹੈ? ਆਪਸ਼ਨ ਏ ਪੈਸਿਆਂ ਮਗਰ ਦੌੜਨਾ, ਆਪਸ਼ਨ ਬੀ ਮੇਲਿਆਂ ਦੀ ਸ਼ੌਂਕਣ ਹੋਣਾ, ਆਪਸ਼ਨ ਸੀ ਵਿੱਤੋਂ ਬਾਹਰਾ ਆਸਬੰਦ ਹੋਣਾ, ਆਪਸ਼ਨ ਡੀ ਵਧੇਰੇ ਉਤਸਵ ਮੇਲੇ ਦੇਖਣਾ। ਤਾਂ ਸਹੀ ਆਂਸਰ ਹੈ ਜੀ ਆਪਣੇ ਕੋਲ ਆਪਸ਼ਨ ਸੀ ਵਿੱਤੋਂ ਬਾਹਰਾ ਆਸਬੰਦ ਹੋਣਾ। ਪ੍ਰਸ਼ਨ ਨੰਬਰ 99, ਅਲਾਉਣੀ ਕਿਸ ਸਮੇਂ ਦਾ ਗੀਤ ਹੈ? ਆਪਸ਼ਨ ਏ ਵਿਆਹ, ਆਪਸ਼ਨ ਬੀ ਨਾਮਕਰਨ, ਆਪਸ਼ਨ ਸੀ ਮਰਨ, ਆਪਸ਼ਨ ਡੀ ਜਨਮ। ਅਲਾਉਣੀ ਬਾਰੇ ਆਪਾਂ ਪਹਿਲਾਂ ਵਾਲੀ ਵੀਡੀਓ ਵਿੱਚ ਵਿਸਤਾਰ ਸਹਿਤ ਕਰਾ ਚੁੱਕੇ ਹਾਂ ਜੀ। ਤਾਂ ਆਪਣੇ ਕੋਲ ਸਹੀ ਆਂਸਰ ਹੈ ਆਪਸ਼ਨ ਸੀ ਮਰਨ ਸਮੇਂ ਦਾ ਗੀਤ। ਅਲਾਉਣੀ ਮਰਨ ਸਮੇਂ ਦਾ ਗੀਤ ਹੈ। ਪ੍ਰਸ਼ਨ ਨੰਬਰ 90, ਰੇਖ ਵਿੱਚ ਮੇਖ ਮਾਰਨੀ ਮੁਹਾਵਰੇ ਦਾ ਕੀ ਅਰਥ ਹੈ? ਆਪਸ਼ਨ ਏ ਕੰਮ ਖਰਾਬ ਕਰਨਾ, ਆਪਸ਼ਨ ਬੀ ਕਿਸਮਤ ਜਾਗ ਜਾਣੀ, ਆਪਸ਼ਨ ਸੀ ਮੌਜਾਂ ਕਰਨੀਆਂ, ਆਪਸ਼ਨ ਡੀ ਤੁੱਕਾ ਮਾਰਨਾ। ਤਾਂ ਸਹੀ ਆਂਸਰ ਹੈ ਜੀ ਆਪਣੇ ਕੋਲ ਆਪਸ਼ਨ ਬੀ ਕਿਸਮਤ ਜਾਗ ਜਾਣੀ। ਹੁਣ ਆਪਾਂ ਕਰਦੇ ਹਾਂ ਅਗਲਾ ਪ੍ਰਸ਼ਨ। ਪ੍ਰਸ਼ਨ ਨੰਬਰ 91, ਜ਼ਬਰਦਸਤੀ ਚੰਗਾ ਕੰਮ ਕਰਵਾਉਣਾ ਅਰਥ ਲਈ ਸਹੀ ਮੁਹਾਵਰਾ ਚੁਣੋ। ਆਪਸ਼ਨ ਏ ਵੱਜ ਲੱਗਣਾ, ਆਪਸ਼ਨ ਬੀ ਬੰਨ ਕੇ ਦੁੱਧ ਪਾਣੀ ਖਵਾਉਣਾ, ਆਪਸ਼ਨ ਸੀ ਬੰਨ ਕੇ ਖਿਚੜੀ ਖਵਾਉਣਾ, ਆਪਸ਼ਨ ਡੀ ਬੰਨ ਕੇ ਖੀਰ ਖਵਾਉਣਾ। ਤਾਂ ਆਪਣੇ ਕੋਲ ਸਹੀ ਆਂਸਰ ਹੈ ਜੀ ਆਪਸ਼ਨ ਡੀ ਬੰਨ ਕੇ ਖੀਰ ਖਵਾਉਣਾ। ਪ੍ਰਸ਼ਨ ਨੰਬਰ 92, ਗਿੱਲਾ ਪੀਣ ਪਾਉਣਾ ਮੁਹਾਵਰੇ ਦੀ ਵਰਤੋਂ ਕਿੰਨਾ ਅਰਥਾਂ ਵਿੱਚ ਕੀਤੀ ਜਾਂਦੀ ਹੈ? ਆਪਸ਼ਨ ਏ ਸੋਚੀ ਪੈ ਜਾਣਾ, ਆਪਸ਼ਨ ਬੀ ਕੰਮ ਖਰਾਬ ਕਰ ਦੇਣਾ, ਆਪਸ਼ਨ ਸੀ ਕੰਮ ਲਮਕਾਈ ਜਾਣਾ, ਆਪਸ਼ਨ ਡੀ ਬਿਮਾਰ ਪੈ ਜਾਣਾ। ਤਾਂ ਸਹੀ ਆਂਸਰ ਹੈ ਆਪਣੇ ਕੋਲ ਆਪਸ਼ਨ ਸੀ ਕੰਮ ਲਮਕਾਈ ਜਾਣਾ। ਪ੍ਰਸ਼ਨ ਨੰਬਰ 93, ਸ਼ੰਮੀ ਲੋਕ ਨਾਚ ਕਿਸ ਇਲਾਕੇ ਨਾਲ ਸੰਬੰਧਿਤ ਹੈ? ਆਪਸ਼ਨ ਏ ਸਾਂਦਲਵਾਰ, ਆਪਸ਼ਨ ਬੀ ਪੋਠੋਹਾਰ, ਆਪਸ਼ਨ ਸੀ ਕਸ਼ਮੀਰ, ਆਪਸ਼ਨ ਡੀ ਮਾਲਵੇ। ਤਾਂ ਆਪਣੇ ਕੋਲ ਸਹੀ ਆਂਸਰ ਹੈ ਜੀ ਆਪਸ਼ਨ ਏ ਸਾਂਦਲਵਾਰ। ਸ਼ੰਮੀ ਨਾਚ ਸਾਂਦਲਵਾਰ, ਰਾਵੀਵਾਰ ਅਤੇ ਨੀਲੀਵਾਰ ਦੀਆਂ ਜੰਗਲੀ ਔਰਤਾਂ ਦਾ ਨਾਚ ਹੈ।
ਪ੍ਰਸ਼ਨ ਨੰਬਰ 94 ਬੁਝਾਰਤ ਤੋਂ ਕੀ ਭਾਵ ਹੈ? ਆਪਸ਼ਨ ਏ ਗੁੰਝਲ ਜਾਂ ਉਡਾਉਣੀ, ਆਪਸ਼ਨ ਬੀ ਲੋਕ ਕਲਾਵਾਂ, ਆਪਸ਼ਨ ਸੀ ਆਂਚਲਿਕਤਾ ਦੇ ਅੰਸ਼, ਆਪਸ਼ਨ ਡੀ ਜੀਵਨ ਜਾਂਚ। ਤਾਂ ਸਹੀ ਆਂਸਰ ਜੀ ਆਪਣੇ ਕੋਲ ਆਪਸ਼ਨ ਏ ਗੁੰਝਲ ਜਾਂ ਉਡਾਉਣੀ। ਪ੍ਰਸ਼ਨ ਨੰਬਰ 95 ਕਿੰਗ ਕੀ ਹੈ? ਆਪਸ਼ਨ ਏ ਲੋਕ ਨਾਚ, ਆਪਸ਼ਨ ਬੀ ਲੋਕ ਸਾਜ, ਆਪਸ਼ਨ ਸੀ ਲੋਕ ਸੰਗੀਤ, ਆਪਸ਼ਨ ਡੀ ਲੋਕ ਕਾਵ। ਤਾਂ ਸਹੀ ਆਂਸਰ ਹੈ ਜੀ ਆਪਣੇ ਕੋਲ ਆਪਸ਼ਨ ਬੀ ਲੋਕ ਸਾਜ। ਪ੍ਰਸ਼ਨ ਨੰਬਰ 96 ਪੰਜਾਬੀ ਵਿੱਚ ਸਭ ਤੋਂ ਜ਼ਿਆਦਾ ਗਾਇਆ ਜਾਣ ਵਾਲਾ ਛੋਟਾ ਲੋਕ ਕਾਵ ਰੂਪ ਹੈ? ਆਪਸ਼ਨ ਏ ਮਾਈਆ, ਆਪਸ਼ਨ ਬੀ ਝੋਕ, ਆਪਸ਼ਨ ਸੀ ਜੁਗਨੀ, ਆਪਸ਼ਨ ਡੀ ਹੇਰਾ। ਤਾਂ ਸਹੀ ਆਂਸਰ ਹੈ ਜੀ ਆਪਣੇ ਕੋਲ ਆਪਸ਼ਨ ਏ ਮਾਈਆ। ਆਪਸ਼ਨ ਏ ਆਪਣੇ ਕੋਲ ਸਹੀ ਆਂਸਰ ਹੈ ਜੀ ਮਾਈਆ। ਪ੍ਰਸ਼ਨ ਨੰਬਰ 97 ਤੈਨੂੰ ਤਾਪ ਚੜ੍ਹੇ ਮੈਂ ਹੂੰਗਾ ਕਿਹੜਾ ਲੋਕ ਕਾਵ ਰੂਪ ਹੈ? ਆਪਸ਼ਨ ਏ ਉਲਾਉਣੀ, ਆਪਸ਼ਨ ਬੀ ਛੰਦ, ਆਪਸ਼ਨ ਸੀ ਟੱਪਾ, ਆਪਸ਼ਨ ਡੀ ਸੱਦ। ਤਾਂ ਸਹੀ ਆਂਸਰ ਹੈ ਆਪਣੇ ਕੋਲ ਆਪਸ਼ਨ ਸੀ ਟੱਪਾ। ਤੈਨੂੰ ਤਾਪ ਚੜ੍ਹੇ ਮੈਂ ਹੂੰਗਾ ਇਹ ਟੱਪਾ ਹੈ। ਪ੍ਰਸ਼ਨ ਨੰਬਰ 98 ਚਰਖਾ ਕੱਤਦੀਆਂ ਕੁੜੀਆਂ ਦੇ ਲੋਕ ਗੀਤ ਕਿਸ ਸ਼੍ਰੇਣੀ ਵਿੱਚ ਆਉਂਦੇ ਹਨ? ਆਪਸ਼ਨ ਏ ਛੰਦ, ਆਪਸ਼ਨ ਬੀ ਬਾਰਾਂਵਾਂ, ਆਪਸ਼ਨ ਸੀ ਤੀਆਂ, ਆਪਸ਼ਨ ਡੀ ਕਾਰਜ ਗੀਤ। ਤਾਂ ਸਹੀ ਆਂਸਰ ਹੈ ਜੀ ਆਪਣੇ ਕੋਲ ਆਪਸ਼ਨ ਡੀ ਕਾਰਜ ਗੀਤ। ਚਰਖਾ ਕੱਤਦੀਆਂ ਕੁੜੀਆਂ ਦੇ ਲੋਕ ਗੀਤ ਕਾਰਜ ਗੀਤ ਸ਼੍ਰੇਣੀ ਵਿੱਚ ਆਉਂਦੇ ਹਨ। ਪ੍ਰਸ਼ਨ ਨੰਬਰ 99 ਬੁਗਦੂ ਕੀ ਹੈ? ਆਪਸ਼ਨ ਏ ਤੁੰਬੀ, ਆਪਸ਼ਨ ਬੀ ਚਿਮਟਾ, ਆਪਸ਼ਨ ਸੀ ਤੁੰਬਾ, ਆਪਸ਼ਨ ਡੀ ਢੋਲ। ਤਾਂ ਸਹੀ ਆਂਸਰ ਹੈ ਜੀ ਆਪਣੇ ਕੋਲ ਆਪਸ਼ਨ ਸੀ ਤੁੰਬਾ। ਪੰਜਾਬ ਦੇ ਲੋਕ ਸੰਗੀਤ ਵਿੱਚ ਇਸ ਨੂੰ ਬੁਗਦੂ, ਘੁੰਮਚੂ ਅਤੇ ਤੁੰਬਾ ਵੀ ਕਿਹਾ ਜਾਂਦਾ ਹੈ। ਇਹ ਵਧੇਰੇ ਕਰਕੇ ਅੰਬ ਦੀ ਲੱਕੜ ਦਾ ਬਣਿਆ ਹੁੰਦਾ ਹੈ। ਪ੍ਰਸ਼ਨ ਨੰਬਰ 100 ਇੱਕ ਤਾਰਾ ਕੀ ਹੈ? ਆਪਸ਼ਨ ਏ ਢੱਡ, ਆਪਸ਼ਨ ਬੀ ਬੰਜਲੀ, ਆਪਸ਼ਨ ਸੀ ਤੁੰਬੀ, ਆਪਸ਼ਨ ਡੀ ਚਿਮਟਾ। ਤਾਂ ਆਪਣੇ ਕੋਲ ਸਹੀ ਆਂਸਰ ਹੈ ਜੀ ਆਪਸ਼ਨ ਸੀ ਤੁੰਬੀ। ਤੁੰਬੀ ਸਾਧਾ ਸੰਤਾਂ ਦਾ ਸਾਜ ਰਿਹਾ ਹੈ। ਇਸ ਸਾਜ ਨਾਲ ਉਹ ਓਮ ਨਮੋ ਦਾ ਜਾਪ ਕਰਦੇ ਰਹੇ। ਜਮਲਾ ਜੱਟ ਇਸ ਸਾਜ ਦਾ ਉਸਤਾਦ ਕਲਾਕਾਰ ਮੰਨਿਆ ਗਿਆ ਹੈ। ਆਸ ਕਰਦੇ ਹਾਂ ਜੀ ਆਪਣੀ ਅੱਜ ਦੀ ਕਲਾਸ ਤੁਹਾਨੂੰ ਪਸੰਦ ਆਈ ਹੋਵੇਗੀ। ਵੀਡੀਓ ਨੂੰ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ। ਜੇਕਰ ਤੁਸੀਂ ਆਪਣੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਨਾਲ ਦਿੱਤੀ ਹੋਈ ਬੈਲ ਆਈਕਨ ਦੀ ਘੰਟੀ ਨੂੰ ਦਬਾ ਦੇਣਾ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਧੰਨਵਾਦ ਜੀ। ਜੁੜੇ ਰਹੋ ਆਪਣੇ ਯੂਟਿਊਬ ਚੈਨਲ ਏ ਜੇ ਮਾਲਵਾ ਐਜੂਕੇਸ਼ਨ ਦੇ ਨਾਲ।